ਇਸ ਸਮੇਂ ਵੱਡੀ ਖਬਰ ਆ ਰਹੀ ਹੈ ਜ਼ਿਲ੍ਹਾ ਪਟਿਆਲਾ ਤੋਂ। ਪਟਿਆਲਾ ਸਨੌਰ ਰੋਡ ਦੇ ਉੱਪਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ 'ਤੇ ਹਮਲਾ। ਕਰਫਿਊ ਦੌਰਾਨ ਨਿਹੰਗ ਸਿੰਘਾਂ ਨੇ ਕਿਰਪਾਨਾਂ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ 'ਤੇ ਕੀਤਾ ਹਮਲਾ। ASI ਦਾ ਹੱਥ ਵੱਢਿਆ। ਪਟਿਆਲਾ ਸਨੌਰ ਰੋਡ 'ਤੇ ਬਣੀ ਸਬਜ਼ੀ ਮੰਡੀ ਦੇ ਬਾਹਰ ਮੇਨ ਗੇਟ 'ਤੇ ਸਿੰਘਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਹੈ। ਅੱਜ ਸਵੇਰੇ 6 ਵਜੇ ਦੇ ਕਰੀਬ ਇਹ ਹਮਲਾ ਦੱਸਿਆ ਜਾ ਰਿਹਾ ਹੈ ਕਿ ਇੱਕ ASI ਦਾ ਗੁੱਟ ਹੈ ਜਿਹੜਾ ਵੱਢਿਆ ਜਾ ਚੁੱਕਿਆ ਹੈ, ਜਦਕਿ ਥਾਣਾ ਸਦਰ ਇੰਚਾਰਜ ਬਿੱਕਰ ਸਿੰਘ ਦੇ ਇੱਕ ਮੁਲਾਜ਼ਮ ਜ਼ਖਮੀ ਹੋ ਗਿਆ ਹੈ। ਨਿਹੰਗਾਂ ਦੀ ਗ੍ਰਿਫਤਾਰੀ ਲਈ DGP ਕਮਾਂਡੋ ਪੰਜਾਬ ਰਕੇਸ਼ ਚੰਦਰਾ ਵੱਡੀ ਗਿਣਤੀ 'ਚ ਕਮਾਂਡੋ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ ਨੇ। ਪੁਲਿਸ ਵੱਲੋਂ ਡੇਰੇਦਾਰਾਂ ਨੂੰ ਨਿਮਰਤਾ ਸਹਿਤ ਆਤਮ ਸਮਰਪਣ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ ਜਾਂ ਫਿਰ ਉਹਨਾਂ ਨੂੰ ਅੰਜਾਮ ਭੁਗਤਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੇ ਦਾਖਲ ਕਰਵਾਇਆ ਗਿਆ। ਗੁੱਟ ਵੱਢਿਆ ਜਾਣ ਕਾਰਨ ASI ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ PGI ਰੈਫਰ ਕਰ ਦਿੱਤਾ ਗਿਆ। ਹਸਪਤਾਲ ਪਹੁੰਚੇ SSP ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ ਗੱਡੀ 'ਚ ਸਵਾਰ ਹੋ ਕੇ ਕਰੀਬ 5 ਨਿਹੰਗ ਸਿੰਘ ਸਬਜ਼ੀ ਮੰਡੀ ਪਹੁੰਚੇ ਸਨ। ਇੱਥੇ ਸਬਜ਼ੀ ਮੰਡੀ ਦੇ ਸਟਾਫ ਨੇ ਇਹਨਾਂ ਲੋਕਾਂ ਨੂੰ ਗੱਡੀ ਰੋਕ ਕੇ ਕਰਫਿਊ ਪਾਸ ਬਾਰੇ ਪੁੱਛਿਆ ਸੀ ਤਾਂ ਜੋ ਮੰਡੀ 'ਚ ਬਿਨਾਂ ਵਜ੍ਹਾ ਭੀੜ ਨਾ ਹੋਵੇ। ਪਾਸ ਨਾ ਹੋਣ ਕਾਰਨ ਇਹਨਾਂ ਲੋਕਾਂ ਨੇ ਸਬਜ਼ੀ ਮੰਡੀ ਦੇ ਸਟਾਫ ਨਾਲ ਝਗੜਾ ਕਰਦੇ ਹੋਏ ਪੁਲਿਸ ਦੀ ਨਾਕਾਬੰਦੀ 'ਤੇ ਲੱਗਿਆ ਬੈਰੀਕੇਡ ਤੋੜਿਆ ਅਤੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਗੱਡੀ ਨੂੰ ਘੇਰ ਲਿਆ। ਇਸ ਤੋਂ ਬਾਅਦ ਨਿਹੰਗ ਤਲਵਾਰ ਲੈ ਕੇ ਪੁਲਿਸ 'ਤੇ ਹਮਲਾ ਕਰਦਾ ਹੈ ਅਤੇ ASI ਦਾ ਗੁੱਟ ਵੱਢ ਦਿੰਦਾ ਹੈ, ਜਿਸ ਦੇ ਵਿੱਚ ਇੱਕ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਗਏ ਨੇ। ਇਹ ਨਿਹੰਗ ਸਿੰਘ ਬਲਵੇੜਾ ਏਰੀਏ 'ਚ ਬਣੇ ਗੁਰਦੁਆਰਾ ਖਿਚੜੀ ਸਾਹਿਬ ਦੇ ਰਹਿਣ ਵਾਲੇ ਨੇ। ਘਟਨਾ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਜਾ ਕੇ ਲੁੱਕ ਗਏ ਨੇ। ਪੁਲਿਸ ਦੇ ਅਧਿਕਾਰੀ ਪਿੱਛਾ ਕਰਦੇ ਹੋਏ ਗੁਰਦੁਆਰਾ ਸਾਹਿਬ ਤੱਕ ਪਹੁੰਚ ਗਏ ਨੇ ਅਤੇ ਉਹਨਾਂ ਨੂੰ ਸਰੈਂਡਰ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਮੰਦਭਾਗੀ ਘਟਨਾ ਵਾਪਰੀ ਹੈ ਕਰਫਿਊ ਦੇ ਦੌਰਾਨ ਪਟਿਆਲਾ ਸਨੌਰ ਰੋਡ 'ਤੇ ਬਣੀ ਵੱਡੀ ਸਬਜ਼ੀ ਮੰਡੀ ਦੇ ਬਾਹਰ ਮੇਨ ਗੇਟ 'ਤੇ ਨਿਹੰਗ ਸਿੰਘਾਂ ਨੇ ਪੁਲਿਸ 'ਤੇ ਹਮਲਾ ਕੀਤਾ ਹੈ। ਪਿੰਡ ਬਲਵੇੜਾ ਦੇ ਗੁਰਦੁਆਰਾ ਸਾਹਿਬ ਅੰਦਰ ਲੁਕੇ ਹੋਏ ਨੇ ਨਿਹੰਗ ਸਿੰਘ। ਗੁਰਦੁਆਰਾ ਖਿਚੜੀ ਸਾਹਿਬ ਇਸ ਗੁਰਦੁਆਰੇ ਦੇ ਵਿੱਚ ਰਹਿ ਰਹੇ ਨੇ, ਉੱਥੇ ਹੀ ਜਾ ਕੇ ਲੁਕ ਚੁੱਕੇ ਨੇ ਔਰ ਪਿੰਡ ਬਲਵੇੜਾ ਨੂੰ ਪੰਜਾਬ ਪੁਲਿਸ ਦੇ ਕਮਾਂਡੋ ਸੈਨਾ ਨੇ ਘੇਰਾ ਪਾਇਆ ਹੋਇਆ ਹੈ। ਹਾਲੇ ਵੀ ਇਹ ਕਾਰਵਾਈ ਚੱਲ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਔਰ ਕਮਾਂਡੋ ਵੱਲੋਂ ਨਿਹੰਗਾਂ ਨੂੰ ਬਾਹਰ ਆਉਣ ਲਈ ਆਪਣੇ ਆਪ ਨੂੰ ਸਰੈਂਡਰ ਕਰਨ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ। ਸਖ਼ਤ ਆਦੇਸ਼ ਦਿੱਤੇ ਗਏ ਨੇ DGP ਪੰਜਾਬ ਵੱਲੋਂ ਕਿ ਕੋਈ ਵੀ ਅਜਿਹੀ ਗੁੰਡਾਗਰਦੀ ਬਰਦਾਸ਼ਤ ਨਹੀਂ ਹੋਵੇਗੀ। ਨਿਹੰਗਾਂ ਵੱਲੋਂ ਹਾਲੇ ਕੋਈ ਵੀ ਮੈਸੇਜ ਨਹੀਂ ਆਇਆ ਕਿ ਉਹ ਸਰੈਂਡਰ ਕਰਨਗੇ ਜਾਂ ਨਹੀਂ, ਪਰ ਘੇਰਾਬੰਦੀ ਹੋ ਚੁੱਕੀ ਹੈ ਪਿੰਡ ਬਲਵੇੜਾ ਦੀ ਔਰ ਗੁਰਦੁਆਰਾ ਖਿਚੜੀ ਸਾਹਿਬ ਦੀ ਜਿੱਥੇ ਨਿਹੰਗ ਲੁਕੇ ਹੋਏ ਨੇ। ਅਗਲੀ ਅਪਡੇਟ ਵੀ ਤੁਹਾਨੂੰ ਜਲਦੀ ਹੀ ਦਿੰਦੇ ਹਾਂ। ਤਾਜ਼ਾ ਅਪਡੇਟਸ ਦੇਖਦੇ ਰਹਿਣ ਲਈ ਸਾਡੇ ਚੈਨਲ ਸ਼ਾਨੇ ਪੰਜਾਬ ਦੇ ਨਾਲ ਜੁੜੇ ਰਹੋ। ਧੰਨਵਾਦ।